ਕਹਿੰਦੇ ਰੁੱਖ ਦੇ ਨਾਲ ਹੀ ਜੀਵਨ ਹੈ ਤੇ ਉਹਦੇ ਨਾਲ ਹੀ ਸਾਰਾ ਜਿਹੜਾ ਸੰਸਾਰ ਚੱਲਦਾ ਹੈ। ਤੁਸੀਂ ਦੇਖ ਰਹੇ ਹੋ ਕਿ ਤਸਵੀਰਾਂ ਜਿਹੜੇ ਹੈਗੇ ਰੁੱਖ ਲਗਾਏ ਜਾ ਰਹੇ ਨੇ, ਜਿਹੜਾ ਰੁੱਖ ਲਗਾਏ ਜਾ ਰਹੇ ਨੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਬਣਾਉਣ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ, ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ 'ਚ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਨੇ। ਸੂਬੇ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ। ਇਨ੍ਹਾਂ ਕਲੀਨਿਕਾਂ 'ਚ 80 ਤਰ੍ਹਾਂ ਦੀਆਂ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਲੋਕ ਰੋਜ਼ਾਨਾ ਇਨ੍ਹਾਂ ਕਲੀਨਿਕਾਂ ਦਾ ਲਾਹਾ ਲੈ ਰਹੇ ਨੇ। ਸਾਡੇ ਕੋਲ 70, 60, 70 ਕਈ ਵਾਰੀ 80, 90 ਵੀ ਹੋ ਜਾਂਦੇ ਪੇਸ਼ੈਂਟ, ਤਾਂ 70 ਤਾਂ ਆ ਹੀ ਜਾਂਦੇ ਡੇਲੀ। ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਸਨ ਸਾਨੂੰ ਸਰਕਾਰ ਵੱਲੋਂ ਉਪਲਬਧ ਨੇ ਉਹ ਅਸੀਂ ਪੇਸ਼ੈਂਟ ਨੂੰ ਦਿੰਦੇ ਹਾਂ। ਸਰਕਾਰ ਵੱਲੋਂ ਫ੍ਰੀ ਸਰਵਿਸ ਸਾਨੂੰ ਦੇ ਰਹੇ ਪਰ ਲੋਕ ਕਾਫੀ ਸੈਟਿਸਫਾਈਡ ਨੇ ਕਿ ਸਾਨੂੰ ਫ੍ਰੀ ਸਰਵਿਸ ਦੋ ਸਟੈਪ 'ਤੇ ਮਿਲ ਗਈ, ਘਰ ਦੇ ਨੇੜੇ ਸਾਨੂੰ ਸੇਵਾਵਾਂ ਮਿਲ ਰਹੀਆਂ। ਮੇਰਾ ਨਾਮ ਸ਼ੈਲੇਂਦਰ ਕੁਮਾਰ ਹੈ ਜੀ। ਜੇ ਪੰਜਾਬ ਸਰਕਾਰ ਨੇ ਜਿਹੜੇ ਆ ਕਲੀਨਿਕ ਖੋਲ੍ਹੇ ਆ ਬਹੁਤ ਵਧੀਆ ਕੰਮ ਕੀਤਾ ਹੈਗਾ। ਜਿਹੜੇ ਦੂਸਰੇ ਹੋਸਪਿਟਲਾਂ 'ਚ ਬਹੁਤ ਪੈਸੇ ਲੈਂਦੇ ਆ, ਠੀਕ ਹੈ ਜੀ, ਇੱਥੇ ਸਾਰੀ ਸੁਵਿਧਾ ਹੈ ਹੀ ਹੈ ਅਤੇ ਇੱਥੇ ਆਓ ਅਤੇ ਆਪਣਾ ਪੈਸੇ ਵੀ ਬਚਾਓ, ਆਪਣਾ ਟ੍ਰੀਟਮੈਂਟ ਵਧੀਆ ਕਰਵਾਓ। ਵਕੀਲ ਭਾਈਚਾਰੇ ਵੱਲੋਂ ਜਿਹੜਾ ਲਗਾਇਆ ਜਾ ਰਿਹਾ, ਅੱਜ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ, ਵਕੀਲ ਭਾਈਚਾਰਾ ਜਿਹੜਾ ਹੈਗਾ ਇੱਥੇ ਇਕੱਠਾ ਹੋਇਆ ਪਿਆ ਤੇ ਉਹਨਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਰੁੱਖ ਲਗਾਏ ਜਾ ਰਹੇ ਨੇ। ਸਾਡੇ ਨਾਲ ਗੱਲਬਾਤ ਕਰ ਲੈਂਦੇ ਵਕੀਲ ਭਾਈਚਾਰਾ ਇਕੱਠਾ ਹੋਇਆ ਪਿਆ। ਸਰ, ਬੂਟੇ ਲਗਾਏ ਗਏ ਨੇ, ਅੱਜ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਜੋ ਅੱਜ ਵਾਤਾਵਰਨ ਦਾ ਹਾਲ ਹੋ ਰਿਹਾ, ਵੱਧ ਤੋਂ ਵੱਧ ਜਿਹੜੀ ਆ ਹਰਿਆਲੀ ਵੱਲ ਨੂੰ ਪਹਿਲਕਦਮੀ ਕੀਤੀ ਜਾਵੇ ਤਾਂ ਕਿ ਅਸੀਂ ਆਪਾਂ ਆਉਣ ਵਾਲੀਆਂ ਨਸਲਾਂ ਨੂੰ ਕੁਛ ਨਾ ਕੁਛ ਸੇਧ ਦੇ ਸਕੀਏ। ਜਿਹੜੀ ਇੰਡਸਟਰੀ ਵੱਧ ਰਹੀ ਆ, ਘਰਾਂ 'ਚ ਏਸੀ ਵੱਧ ਰਹੇ ਨੇ, ਉਹ ਸਾਰੇ ਕਿਤੇ ਨਾ ਕਿਤੇ ਸਾਡੀ ਸਿਹਤ ਨੂੰ, ਸਾਡੇ ਵਾਤਾਵਰਨ ਨੂੰ ਪ੍ਰਭਾਵ, ਮਾੜੇ ਪ੍ਰਭਾਵ ਦੇ ਰਹੇ ਨੇ। ਸੋ ਉਸ ਪੱਖੋਂ ਅਸੀਂ ਉਪਰਾਲਾ ਕੀਤਾ ਸੀਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੂਟੇ ਲਗਾਏ ਜਾ ਰਹੇ ਨੇ, ਤੁਸੀਂ ਵੀ ਸੈਕਟਰੀ ਹੋ, ਕਿੰਨੇ ਕੁ ਬੂਟੇ ਲਗਾਏ ਗਏ, ਕਿਸ ਤਰ੍ਹਾਂ ਦੇ ਜਿਹੜੇ ਬੂਟੇ ਲਗਾ ਰਹੇ? ਪ੍ਰਧਾਨ ਜੀ ਨੇ ਤੁਹਾਨੂੰ ਜਿਵੇਂ ਪੂਰੀ ਡਿਟੇਲ 'ਚ ਦੱਸਿਆ ਵੀ ਅੱਜ 35 ਤੋਂ 40 ਦੇ ਬੂਟਿਆਂ ਦੇ ਕਰੀਬ ਅਸੀਂ ਉਰੇ ਲਗਾਇਆ ਤੇ ਕਾਫੀ ਸਾਰੇ ਬੂਟੇ ਜਿਹੜੇ ਸਾਡੇ ਪਾਸ 150-200 ਬੂਟਾ ਹੋਰ ਪਿਆ ਹੈਗਾ, ਉਹ ਅਸੀਂ ਜਿੱਥੇ ਜਿੱਥੇ ਸਾਡੀ ਹੋਰ ਪਾਰਕਿੰਗ ਪਈ ਹੈ ਜਾਂ ਬਾੜ ਦੀ ਜਿੱਥੇ ਵੀ ਹੋਰ ਖਾਲੀ ਥਾਂ ਪਈ ਹੈ ਉੱਥੇ ਅਸੀਂ ਉਹ ਲਗਵਾ ਰਹੇ ਹਾਂ ਤੇ ਉਹਦੀ ਕੇਅਰ ਵੀ ਜਿਹੜੀ ਹੈਗੀ ਪ੍ਰੋਪਰ ਸਟਾਫ ਵੱਲੋਂ ਕੀਤੀ ਜਾਊਗੀ। ਅੱਜ ਦੇ ਟਾਈਮ 'ਚ ਦੇਖੋ, ਮੈਨੂੰ ਲੱਗਦਾ ਦੋ ਚੀਜ਼ਾਂ ਜਿਹੜੀਆਂ ਜ਼ਿੰਦਗੀ 'ਚ ਬਹੁਤ ਜ਼ਰੂਰੀ ਨੇ, ਇੱਕ ਤਾਜ਼ੀ ਹਵਾ ਤੇ ਇੱਕ ਪਾਣੀ। ਹਵਾ ਤੇ ਪਾਣੀ ਨੂੰ ਸਾਂਭਣਾ, ਮੈਨੂੰ ਲੱਗਦਾ ਆਪਾਂ ਜੇ ਸਾਰੇ ਸਮੂਹਿਕ ਐਫਰਟ ਕਰਾਂਗੇ, ਇੱਕ ਕਲੈਕਟਿਵ ਐਫਰਟ ਹੋਊਗੀ ਤਾਂ ਹੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਂਭੀਆਂ ਜਾ ਸਕਦੀਆਂ ਨੇ। ਇਸੇ ਕਰਕੇ ਅਸੀਂ ਇੱਕ ਅਜ ਇਨੀਸ਼ੀਏਟਿਵ ਵੀ ਲਿਆ ਦੇ ਨਾਲ ਦੀ ਨਾਲ ਇੱਕ ਸੁਨੇਹਾ ਵੀ ਦਿੱਤਾ ਹੈਗਾ ਲੋਕਾਂ ਨੂੰ ਵੀ ਆਪਾਂ ਸਾਰੇ ਇਕੱਠੇ ਹੋ ਕੇ ਵਾਤਾਵਰਨ ਦੀ ਕੇਅਰ ਕਰੀਏ। ਸਹੀ ਗੱਲ ਹੈ, ਵਾਤਾਵਰਨ ਦਿਵਸ ਨਹੀਂ ਮਨਾ ਰਹੇ ਪਰ ਵਕੀਲ ਭਾਈਚਾਰੇ ਵੱਲੋਂ ਜਿਹੜਾ ਹੈਗਾ ਬੂਟੇ ਲਗਾਏ ਜਾ ਰਹੇ ਨੇ ਕਿਉਂਕਿ ਇਸ ਦੇ ਨਾਲ ਹੀ ਜੀਵਨ ਹੈ, ਬੂਟੇ ਨਾਲ ਹੀ ਜੀਵਨ ਹੈ ਕਿਉਂਕਿ ਇਸੇ ਤੋਂ ਆਕਸੀਜਨ ਮਿਲਦੀ ਹੈ ਇਸ ਦੇ ਨਾਲ ਹੀ। ਪਰ ਲੋਕ ਜਿਹੜੇ ਹੈ ਕਿਤੇ ਇਹਨਾਂ ਨੂੰ ਲਗਾਉਣ ਦੀ ਬਜਾਏ ਕੱਟਣ ਦੀ ਜ਼ਿਆਦਾ ਕਾਲ ਕਰ ਰਹੇ ਨੇ, ਬਹੁਤ ਜ਼ਿਆਦਾ। ਆਪਾਂ ਹੁਣ ਦੇਖੋ ਸਰਹਿੰਦ ਰੋਡ ਬਣ ਰਹੀ ਆ, ਉੱਥੇ ਕਿੰਨੇ ਬੂਟੇ ਕੱਟੇ ਜਾ ਰਹੇ ਨੇ। ਸਰਕਾਰਾਂ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਹਰ ਇੱਕ ਇਨਸਾਨ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਜਦੋਂ ਹਰ ਇੱਕ ਇਨਸਾਨ ਬੂਟੇ ਨਹੀਂ ਕੱਟੂਗਾ ਤੇ ਬੂਟੇ ਲਾਊਗਾ, ਆਪਣੇ ਆਪ ਵਾਤਾਵਰਨ ਠੀਕ ਹੋਊਗਾ। ਜਿਹੜਾ ਰੋਡਸ ਨਵੀਆਂ ਬਣ ਰਹੀਆਂ ਨੇ ਉੱਥੇ ਸਰਕਾਰਾਂ ਦੀ ਨਲੈਕੀ ਹੈ, ਸਰਕਾਰਾਂ ਨੂੰ ਉੱਧਰ ਬਹੁਤ ਧਿਆਨ ਦੇਣਾ ਚਾਹੀਦਾ। ਦਰਖਤ ਪਿੱਛੇ ਕਰ ਦਿਓ, ਪੱਟ ਕੇ ਜਾ ਦਰਖਤ ਪਹਿਲਾਂ ਲਾਵੋ, ਉੱਥੇ ਜਦੋਂ ਉਹਨੂੰ ਰੋਡ ਬਣੇ ਤਾਂ ਦਰਖਤ ਉੱਥੇ ਵਧੀਆ ਹੋਏ, ਉਹ ਬਹੁਤ ਜ਼ਰੂਰੀ ਹੈ। ਅਤੇ ਅੱਜ
ਬਾਰਿਸ਼ ਸ਼ਿਸ਼ਨ ਦੀ ਜਿਹੜੀ ਸਾਡੀ ਨਵੀਂ ਟੀਮ ਆ ਇਹ ਵਧਾਈ ਦੀ ਪਾਤਰ ਆ, ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਇਹਨੇ ਬੂਟੇ ਲਾਏ। ਸਾਉਣ ਦਾ ਮਹੀਨਾ ਚੱਲ ਰਿਹਾ ਤੇ ਬੂਟੇ ਵੀ ਲਗਾਏ ਜਾ ਰਹੇ, ਬਾਰਿਸ਼ਾਂ ਵੀ ਹੋ ਰਹੀਆਂ ਨੇ, ਪ੍ਰਭਜੀਤ ਜੀ ਬੂਟੇ ਲਗਾਏ ਗਏ ਨੇ, ਕਿਹੜੇ ਕਿਹੜੇ ਤਰ੍ਹਾਂ ਦੇ ਜਿਹੜੇ ਬੂਟੇ ਲਗਾਏ? ਦੇਖੋ ਅਸੀਂ ਇੱਥੇ ਸੁਕਰੇਸ਼ੀਆ, ਨਿੰਮ, ਪਿੱਪਲ, ਬੋੜ ਜਿਹੜੇ ਕਿ ਪੂਰੀ ਤਰ੍ਹਾਂ ਸ਼ੁੱਧਤਾ ਰੱਖਦੇ ਹਵਾ ਦੇ ਵਿੱਚ, ਜਿਹਨੇ ਹਰ ਟਾਈਮ ਆਕਸੀਜਨ ਦਿੰਦੇ ਨੇ, ਉਹ ਬੂਟੇ ਲਗਾਏ ਜਾ ਰਹੇ ਨੇ। ਔਰ ਤਾਂ ਕਿ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾਵੇ, ਇਹ ਬਾਰ ਵੱਲੋਂ ਉਪਰਾਲਾ ਕੀਤਾ ਗਿਆ ਔਰ ਬਹੁਤ ਚੰਗਾ ਉਪਰਾਲਾ ਕੀਤਾ ਗਿਆ। ਬੂਟੇ ਕਿੰਨੇ ਕੁ ਬੂਟੇ ਲਗਾ ਦਿੱਤੇ ਨੇ ਤੁਸੀਂ ਹੁਣ ਤੱਕ ਜਿਹੜੇ ਹੈਗੇ ਨੇ? ਕਿਉਂਕਿ ਜ਼ਿਆਦਾ ਬੂਟੇ ਲਗਾ ਕੇ ਜੇ ਪੇੜ ਵਧਾਉਂਦੇ ਆਪਾਂ, ਛਾਂ ਲੈਂਦੇ ਉਹਦੇ, ਛਾਂ ਦੀ ਥਾਂ ਹੁਣ ਤੇ ਤਕਰੀਬਨ ਕਿਤੇ ਨਾ ਕਿਤੇ ਖਤਮ ਹੁੰਦੇ ਜਾ ਰਹੇ ਨੇ। ਜੇ ਤਾਂ ਤੁਸੀਂ ਅਸੀਂ ਆਪਣੀ ਗੱਲ ਕਰੀਏ ਤਾਂ ਸੰਸਥਾ ਦੇ ਤੌਰ ਤੇ ਤਾਂ ਹਜ਼ਾਰਾਂ ਬੂਟਾ ਤੁਸੀਂ ਰੋਜ਼ ਕਵਰੇਜ ਕਰਦੇ ਹੋ ਆਪਾਂ ਲਗਾ ਰਹੇ ਹਾਂ। ਬਾਰ ਦੇ ਵਿੱਚੋਂ ਸਾਡੇ ਕੋਲ ਜਿੰਨੀ ਕੁ ਸਪੇਸ ਸੀ ਸਾਡੇ ਕੋਲ, ਅਸੀਂ 100 ਤੋਂ 125 ਪੌਦਾ ਇੱਥੇ ਲਗਾ ਰਹੇ ਹਾਂ ਔਰ ਮੇਨਟੇਨੈਂਸ ਦੀ ਕੋਈ ਪ੍ਰੋਬਲਮ ਨਹੀਂ ਸਾਡੇ ਕੋਲ, ਸਾਰਾ ਮਾਲੀ ਵੀ ਸਾਡੇ ਆਪਣੇ ਨੇ, ਸਾਡੇ ਕੋਲ ਸਾਰਾ ਤੌਰ ਤਰੀਕਾ, ਪਾਈਪਾਂ, ਪਾਣੀ ਸਭ ਇੰਤਜ਼ਾਮ ਹੈਗਾ ਔਰ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰਾਂਗੇ। ਪਹਿਲਾਂ ਵੀ ਜਿੰਨੇ ਦਰਖਤ ਲਗਾਏ ਸੀ ਆਹ ਦੇਖੋ ਤੁਸੀਂ, ਉਹ ਸਾਰਾ ਤੁਸੀਂ ਕੈਮਰਾ ਮਾਰ ਸਕਦੇ ਹੋ, ਅਸੀਂ ਜਿਹੜੇ 2 ਸਾਲ ਪਹਿਲਾਂ ਬੂਟੇ ਲਾਏ ਸੀ ਉਹ ਬੂਟੇ ਕਿੰਨੇ ਵੱਡੇ ਹੋ ਚੁੱਕੇ ਨੇ। ਵੱਡੇ ਹੋ ਗਏ ਬੂਟੇ ਤੁਸੀਂ ਜਿਹੜੇ ਪਹਿਲੇ ਲਗਾਏ ਗਏ ਬਾਰਿਸ਼ ਵੱਲੋਂ, ਤਾਂ ਸਾਡੇ ਨਾਲ ਜੈਨ ਸਾਹਿਬ ਵੀ ਹੈ। ਜੈਨ ਸਾਹਿਬ ਰੁੱਖ ਦੀ ਛਾਂ ਹੀ ਖੜੇ ਹੋ, ਜਿਹੜਾ ਲਗਾਇਆ ਸੀ ਉਹਦੀ ਛਾਂ ਤੇ ਹੀ ਖੜੇ? ਜੀ ਜੀ, ਮੈਂ ਸ਼ਿਵ ਕੁਮਾਰ ਜੈਨ, ਐਡਵੋਕੇਟ ਪਟਿਆਲਾ। ਜੋ ਸਾਡੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨੇ ਅੱਜ ਇਹ ਉਪਰਾਲਾ ਕੀਤਾ ਹੈ, ਇਹ ਬਹੁਤ ਹੀ ਸਰਾਹਨੀ ਹੈ ਔਰ ਅਟਮੋਸਟ ਰਿਕੁਆਇਰਡ ਹੈ। ਦੇਖੋ ਮੇਰੀ ਗੱਲ ਸੁਣੋ, ਹਰ ਇੱਕ ਬੰਦੇ ਨੂੰ ਇਹ ਚਾਹੀਦਾ ਕਿ ਮੈਂ ਇੱਕ ਬੂਟਾ ਲਾਵਾਂ ਤਾਂ ਕਿ ਉਹ ਕੱਲ੍ਹ ਨੂੰ ਦਰਖਤ ਬਣੇ। ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਮੇਰਾ ਪਰਿਵਾਰ ਚੱਲੇ। ਪਰਿਵਾਰ ਤਾਂ ਹੀ ਚੱਲੇਗਾ, ਇੱਕ ਤਾਂ ਸਾਡਾ ਦੁਨਿਆਵੀ ਜ਼ਿੰਦਗੀ ਪਰਿਵਾਰ ਚੱਲ ਰਿਹਾ, ਦੂਜਾ ਅਗਰ ਅਸੀਂ ਕੋਈ ਦਰਖਤ ਲਗਾ ਦਿੰਦੇ ਹਾਂ ਤਾਂ ਦੁਨੀਆਂ ਨੂੰ ਪਤਾ ਹੁੰਦਾ ਵੀ ਇਹ ਦਰਖਤ ਲਗਾਇਆ ਤਾਂ ਕਿੰਨਾ ਫਲ ਹੈ, ਕਿੰਨਾ ਦੇਖੋ ਉਸਨੇ ਲਾਇਆ ਤਾਂ, ਮਨ ਤੋਂ ਲਾਇਆ ਤਾਂ ਬਹੁਤ ਫਲਿਆ, ਬੜਾ ਦੁਨੀਆਂ ਨੂੰ ਉਸਦੀ ਛਾਂ ਮਿਲੇਗੀ। ਨਾਲ ਵਾਤਾਵਰਨ ਦਾ ਫਰਕ ਪਏਗਾ, ਪਾਣੀ ਔਰ ਛਾਂ ਦੇ ਬਗੈਰ ਕੋਈ ਬਿਲਕੁਲ ਜ਼ਿੰਦਗੀ ਨਹੀਂ ਹੈ। ਤੁਸੀਂ ਦੇਖਿਆ ਹੋਣਾ ਕਿ ਹਰ ਰੋਡ ਦੇ ਉੱਪਰ ਦਰਖਤ ਹੁੰਦੇ ਥੇ ਔਰ ਹੈਂਡ ਪੰਪ ਹੁੰਦੇ ਥੇ, ਦੋਨੋਂ ਹੀ ਚੀਜ਼ਾਂ ਹੁਣ ਅੱਜ ਕੇ ਦਿਨ 'ਚ ਮਿਸਿੰਗ ਹੈ। ਉਸਕੀ ਜਗ੍ਹਾ ਅਸੀਂ ਬੋਟਲਸ ਔਫ ਵਾਟਰ ਆਪਣੀ ਕਾਰ ਦੇ ਵਿੱਚ ਰੱਖ ਲਈਆਂ, ਬਟ ਉਹ ਉਸਕੀ ਅਪਰੋਪਰੀਏਟ ਪਲੇਸ ਨਹੀਂ ਲੈ ਸਕਦੀ। ਸੋ ਮੈਂ ਤਾਂ ਇਹ ਰਿਕਮੈਂਡ ਕਰੂੰਗਾ ਟੂ ਐਵਰੀਬੋਡੀ ਦੈਟ ਐਵਰੀਬੋਡੀ ਸ਼ੁੱਡ ਇੰਸਟਾਲ ਐਟਲੀਸਟ 1 tree, ਸੋ ਇਟ ਸ਼ੁੱਡ ਚੇਂਜ ਦੀ ਇਨਵਾਇਰਮੈਂਟ ਐਂਡ ਸੇਵ ਦੀ ਇਨਵਾਇਰਮੈਂਟ। ਸੋ ਆਈ ਰਿਕੁਐਸਟ ਆਲ ਟੂ ਡੂ ਇਟ ਵੈਲ ਐਂਡ ਆਈ ਕੋਂਗਰੈਚੁਲੇਟ ਟੂ ਅਵਰ ਡਿਸਟ੍ਰਿਕਟ ਵਾਰ ਐਸੋਸੀਏਸ਼ਨ ਪ੍ਰੈਜੀਡੈਂਟ, ਸੈਕਟਰੀ ਐਂਡ ਦੀ ਐਂਟਾਇਰ ਟੀਮ। ਥੈਂਕ ਯੂ। ਮਤਲਬ ਕੀ ਕਹਿੰਦੇ ਨੇ, ਬੂਟੇ ਤੇ ਲਗਾ ਲੈਂਦੇ ਪਰ ਉਹਦੀ ਰੱਖ ਰਖਾਵ ਨਹੀਂ ਕਰਦੇ ਹੈਗੇ? ਆਪਾਂ ਇੱਥੇ ਤੇ ਲਗਾ ਲਏ ਨੇ, ਇੱਥੇ ਤੁਹਾਡੇ ਵੱਲੋਂ ਤੇ ਹੈਗਾ ਰੱਖ ਰਖਾਵ ਹੈਗਾ, ਪਰ ਜਿੱਥੇ ਹੋਰ ਕਿਸੇ ਜਗ੍ਹਾ ਤੇ ਆਪਾਂ ਲਗਾਉਂਦੇ ਉੱਥੇ ਰੱਖ ਰਖਾਵ ਨਹੀਂ ਹੁੰਦਾ ਹੈਗਾ? ਬੂਟੇ ਸੁੱਕਦੇ ਜਾਂਦੇ ਨੇ ਜਾਂ ਫਿਰ ਕੋਈ ਨਾ ਕੋਈ ਪੱਟੇ ਦਿੰਦਾ, ਜਾਨਵਰ ਖਾ ਜਾਂਦੇ ਨੇ? ਦੇਖੋ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ, ਜਦੋਂ ਕੋਈ ਸੰਸਥਾ ਲਾਉਂਦੀ ਹੈ ਤਾਂ ਸੰਸਥਾ ਕੋਲ ਸਾਂਭ ਸੰਭਾਲ ਦਾ ਪ੍ਰਬੰਧ ਹੁੰਦਾ, ਕਿਤੇ ਨਾ ਕਿਤੇ ਚਾਰਦਾਰੀ ਦੇ ਅੰਦਰ ਵੀ ਹੁੰਦੇ ਨੇ। ਪਰ ਜਦੋਂ ਵੀ ਇਹ ਤਾਂ ਮੈਂ ਤਾਂ ਸਭ ਨੂੰ ਅਪੀਲ ਹੀ ਕਰਦਾ ਵੀ ਜਦੋਂ ਕਿਤੇ ਬਾਹਰ ਵੀ ਕਿਤੇ ਕੋਈ ਲਾਉਂਦੇ ਨੇ, ਹਰ ਬੰਦਾ ਆਪਣਾ ਇੱਕ ਫਰਜ਼ ਸਮਝੇ, ਉਹ ਬੂਟੇ ਦੇ ਆਲੇ ਦੁਆਲੇ ਕੋਈ ਉਹਦਾ ਕੁਛ ਕੋਈ ਘੇਰਾ ਬਣਾ ਲਵੇ, ਉਹ ਆਪਣੇ ਕੋਲੋਂ ਥੋੜੇ ਥੋੜੇ ਇਹਨੂੰ ਇੱਕ ਦਸਵੰਧ ਸਮਝ ਲਓ, ਥੋੜੇ ਥੋੜੇ ਪੈਸੇ ਕੱਢੋ, ਆਉਂਦੇ ਹੋਏ ਆਪਣੀ ਗੱਡੀ 'ਚ ਆਪਣੇ ਪਾਣੀ ਦੀਆਂ ਬੋਤਲਾਂ ਹੁੰਦੀਆਂ ਨੇ, ਹਰ ਬੰਦਾ ਫਰਜ਼ ਸਮਝੇ ਮੈਂ ਘਰੋਂ ਨਿਕਲਣਾ ਇਸ ਮੋੜ 'ਤੇ ਬੂਟਾ ਖੜਾ, ਮੈਨੂੰ ਪਾਣੀ ਪਾ ਕੇ ਜਾਣਾ, ਜੇ ਸਾਰੇ ਜਣੇ ਥੋੜਾ ਥੋੜਾ ਉਪਰਾਲਾ ਕਰਨ ਤਾਂ ਉਹ ਤੁਪਕੇ ਤੁਪਕੇ ਨਾਲ ਸਮੁੰਦਰ ਬਣ ਜਾਂਦੇ। ਬੱਚਿਆਂ ਨੂੰ ਕੀ, ਜਿਹੜੇ ਅੱਜ ਦੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਹੈਗਾ ਕਿਉਂਕਿ ਰੁੱਖ ਖਤਮ ਹੁੰਦੇ ਜਾ ਰਹੇ ਨੇ, ਅਤੇ ਬੱਚਿਆਂ ਨੂੰ ਲਗਾਉਣ ਵਾਸਤੇ ਕੀ ਹੋ? ਗਲੋਬਲ ਵਾਰਮਿੰਗ ਨੂੰ ਦੇਖਦੇ ਹੋਏ ਅੱਜ ਦੇ ਦਿਨ ਪੇੜ ਲਗਾਉਣੇ ਬਹੁਤ ਜ਼ਰੂਰੀ ਹੈ। ਮੈਂ ਹਰ ਇੱਕ ਨੂੰ ਕਹਿੰਦਾ ਵੀ ਆਪਣੇ ਤਰਫੋਂ ਇੱਕ ਇੱਕ ਪੌਦਾ ਜ਼ਰੂਰ ਲਗਾਓ ਔਰ ਉਸਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲੋ। ਜ਼ਰੂਰੀ ਨਹੀਂ ਕਿ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਏ ਜਾਏ, ਹਰ ਇੱਕ ਜਣਾ ਇੱਕ ਇੱਕ ਪੌਦਾ ਲਗਾਏ ਔਰ ਉਸਨੂੰ ਬੱਚਿਆਂ ਦੀ ਤਰ੍ਹਾਂ ਪਾਲੇ ਔਰ ਸੁਬਹਾ ਸ਼ਾਮ ਉਸਨੂੰ ਪਾਣੀ ਕੀ ਬੋਤਲ ਆਪਣੇ ਪਾ ਰੱਖੇ, ਉਸ 'ਚ ਪਾਣੀ ਪਾਏ ਤਾਂ ਕਿ ਉਹ ਆਪਣੇ ਪੂਰੀ ਤਰ੍ਹਾਂ ਫਲ ਪਹੁੰਚ ਸਕਣ। ਠੀਕ ਹੈ ਨੀ? ਤੇ ਹੋਰਾਂ ਨੂੰ ਵੀ ਮੈਂ ਅਪੀਲ ਕਰਨਾ ਚਾਹੂੰਗਾ ਵੀ ਜੇ ਕਹੀਂ ਆਸ ਪਾਸ ਲੱਗਿਆ ਦੇਖਿਆ ਕੋਈ ਪੌਦਾ
ਉਸ ਚ ਪਾਣੀ ਜ਼ਰੂਰ ਪਾਓ ਤਾਂ ਕਿ ਉਹ ਪਰਵਰਿਸ਼ ਜਿਹੜੀ ਹੈ ਪੌਦੇ ਦੀ ਅੱਛੀ ਤਰ੍ਹਾਂ ਹੋ ਸਕੇ। ਤੁਸੀਂ ਦੇਖਿਆ ਕਿ ਜਿਹੜੇ ਵੱਖ ਵੱਖ ਪੌਦੇ ਜਿਹੜੇ ਹੈਗੇ ਨੇ ਲਗਾਏ ਗਏ ਨੇ, ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸਰ ਕੀ ਕਹਿਣਾ ਚਾਹੋਗੇ, ਰੁੱਖ ਲਗਾਏ ਜਾ ਰਹੇ ਨੇ ਤੇ ਪਰ ਇੱਕ ਰੁੱਖ ਤੁਸੀਂ ਦੇਖਿਆ ਨਿੰਮ ਦਾ ਲੱਗਿਆ ਹੋਇਆ, ਇਸਦੀ ਛਾਂ ਤੇ ਹੀ ਖੜ ਕੇ ਅੱਜ ਆਪਾਂ ਛਾਂ ਲੈ ਰਹੇ ਹਾਂ, ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ? ਸਰ ਤੁਸੀਂ ਜਿੱਦਾਂ ਦੇਖਿਆ ਸਾਡੇ ਪ੍ਰਧਾਨ ਜੀ, ਸਾਡੇ ਸੈਕਟਰੀ ਸਾਹਿਬ, ਹੋਰ ਸੀਨੀਅਰ ਮੈਂਬਰ 12 ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ। ਇੱਥੇ ਜਿਵੇਂ ਇੱਕ ਰੁੱਖ ਦੇ ਕਹਿੰਦੇ 100 ਸੁੱਖ ਹੈ ਨਾ, ਤੇ ਇਸ ਨੂੰ ਅੱਗੇ ਉਪਰਾਲਾ ਦੇਖਦੇ ਹੋਏ ਅਸੀਂ ਅੱਗੇ ਅੱਜ ਪ੍ਰਧਾਨ ਜੀ ਦੀ ਰਹਿਨੁਮਾਈ ਅੰਦਰ ਹੋਰ ਬੂਟੇ ਲਾਏ ਨੇ। ਇਹ ਬੂਟੇ ਲਾਉਣ ਦਾ ਸਾਡਾ ਮਕਸਦ ਇਹ ਨਹੀਂ ਕਿ ਅਸੀਂ ਕੁਛ ਇਹਦਾ ਸਾਡਾ ਕੋਈ ਕੁਛ ਇਹਦੇ 'ਚ ਪਰਸਨਲ ਕੁਛ ਹੋ ਜਾਣਾ ਜਿਸ ਤੋਂ ਲੈਣਾ, ਇਹ ਸਮਾਜ ਨੂੰ ਇਹਨੇ ਕੋਈ ਜਾਤ ਪਾਤ ਨਹੀਂ ਦੇਖਣੀ, ਇਹਨੇ ਕੋਈ ਰੰਗ ਢੰਗ ਨਹੀਂ ਦੇਖਣਾ, ਇਹਨੇ ਤਾਂ ਸਾਰਿਆਂ ਦੀ ਸਮਾਜ ਦਾ ਭਲਾਈ ਕਰਨਾ। ਆਪਣੇ ਪੀਰ ਗ੍ਰੰਥਾਂ 'ਚ, ਆਪਣੇ ਵੇਦ ਪੁਰਾਣਾਂ 'ਚ ਸਭ ਲਿਖਿਆ ਹੋਇਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹਦਾ ਆਪਣਾ ਉਪਰਾਲਾ ਬਾਬਾ ਨਾਨਕ ਨੇ ਸਭ ਨੂੰ ਦਿੱਤਾ, ਤਾਂ ਇਹਦਾ ਇਹਨੂੰ ਹੁਣ ਮੂਹਰੇ ਰੱਖਦੇ ਹੋਏ ਅਸੀਂ ਉਪਰਾਲਾ ਅੱਜ ਲੱਗਦਾ ਨੇ ਕਿ ਜਿਹੜੀ ਅੱਜ ਦੀ ਜਨਰੇਸ਼ਨ ਏਸੀਆਂ ਦੇ ਵਿੱਚ ਰਹਿ ਗਈ ਤੇ ਹੁਣ ਦਰਖਤਾਂ ਦੀ ਛਾਂ ਲੈਣੀ ਭੁੱਲ ਗਈ ਹੈ। ਸਰ ਫਿਰ ਦੇਖੋ ਕੁਦਰਤ ਜਦ ਮਾਰ ਮਾਰਦੀ ਹੈ ਫਿਰ ਉਹ ਸਭ ਕੁਝ ਯਾਦ ਕਰਾ ਦਿੰਦੀ ਹੈ, ਤਾਂ ਆਪਾਂ ਇਹੀ ਹੈ ਕਿ ਸਮੇਂ ਰਹਿੰਦੇ ਸੰਭਲ ਜਾਈਏ ਤੇ ਜਿੰਨਾ ਆਪਾਂ ਪਰਿਆਵਰਨ ਦਾ ਖਿਆਲ ਰੱਖਾਂਗੇ, ਇਕੱਲੇ ਦਰਖਤ ਹੀ ਨਹੀਂ ਹਵਾ ਨੂੰ ਵੀ ਸਾਫ਼ ਰੱਖਣਾ, ਤਾਂ ਧਰਤੀ ਨੂੰ ਵੀ ਸਾਫ਼ ਰੱਖਣਾ, ਪਾਣੀ ਨੂੰ ਵੀ ਸਾਫ਼ ਰੱਖਣਾ। ਦੇਖਿਆ ਕਿ ਬਾਰਿਸ਼ ਵੱਲੋਂ ਜਿਹੜਾ ਹੈਗਾ ਵੀ ਭਾਈਚਾਰੇ ਵੱਲੋਂ ਅੱਜ ਜਿਹੜਾ ਹੈਗਾ ਉਹ ਵੱਡਾ ਉਪਰਾਲਾ ਕੀਤਾ ਗਿਆ, ਬੂਟੇ ਲਗਾਏ ਗਏ ਨੇ ਤੇ ਉਹਨਾਂ ਦੀ ਛਾਂ ਕੀਤੀ ਗਈ ਹੈ। ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਪਹਿਲਾਂ ਕਿ ਬੂਟੇ ਜਿਸ ਤਰ੍ਹਾਂ ਕਿ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਹੈਗੇ ਬੂਟੇ ਲਗਾਏ ਗਏ ਨੇ, ਤੇ ਜਿਹੜੀ ਤਸਵੀਰ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਮੈਂ ਆਪਣੇ ਕੈਮਰਾਮੈਨ ਨੂੰ ਕਹਿੰਦਾ ਕਿ ਜਿਹੜੀ ਤਸਵੀਰ ਹੈ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਬੂਟੇ ਲਗਾਏ ਜਾ ਰਹੇ ਨੇ ਤੇ ਇਹਨਾਂ ਦੀ ਛਾਂ ਹੁਣ ਲੈਣ ਵਾਸਤੇ ਬਾਰਿਸ਼ ਇਹਨਾਂ ਨੇ ਵੱਡਾ ਉਪਰਾਲਾ ਕੀਤਾ, ਨਾਲ ਹੀ ਇਹਦੀ ਰੱਖ ਰਖਾਓ ਤੇ ਸਾਂਭ ਸੰਭਾਲ ਕੀਤੀ ਜਾਏਗੀ। ਪਟਿਆਲਾ ਤੋਂ ਕੈਮਰਾਮੈਨ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।